ਸਰਕਾਰੀ ਪੈਸੇ ਹੀ ਕਿੰਨਾ ਬਰਬਾਦ ਕੀਤੇ ਜਾਂਦਾ ਸਾਰੇ ਕੋਲ ਵੱਡੀ ਐਗਜ਼ਾਮਪਲ ਜਿਹੜੀ ਹੈ ਬਦਰੋੜ ਵੈਸੇ ਤੁਸੀਂ ਦੇਖਿਆ ਜਾਵੇ ਗ੍ਰੇਟਰ ਜੰਮੂ ਅਤੇ ਮੈਂ ਪੰਕਜ ਖਜੂਰੀਆ ਸਟੇਟ ਲੈਂਡ ਉੱਪਰ ਬੜਾ ਮਸਲਾ ਤੁਸੀਂ ਸੁਣਿਆ ਹੋਣਾ ਕਿ ਜਿਹੜੇ ਇੱਧਰ ਦੇ ਰਿਹਾਇਸ਼ ਨੇ ਉਹਨੇ ਸਟੇਟ ਲੈਂਡ ਉੱਪਰ ਕਬਜ਼ਾ ਕੀਤਾ ਤਾ ਉਹ ਗਵਰਨਮੈਂਟ ਨੇ ਉਹ ਸਟੇਟ ਲੈਂਡ ਛਡਾਉਣ ਦੀ ਕੋਸ਼ਿਸ਼ ਵੀ ਕੀਤੀ ਹੈ, ਕੁਦਾ ਵੈਲਕਮ ਸਟੈਪ ਵੀ ਹੈ। ਲੇਕਿਨ ਅੱਜ ਇੱਕ ਐਸੀ ਸਟੋਰੀ ਹੈ ਜਿੱਥੇ ਗ੍ਰਾਂ ਦੇ ਲੋਕਾਂ ਆਪਣੇ ਹੱਥੇ ਆਪੂ ਜ਼ਮੀਨ ਦਿੱਤੀ 60 ਕਨਾਲ ਦੇ ਕਰੀਬ, 3 ਕਨਾਲ ਦੇ ਕਰੀਬ, ਔਰ ਉਸਦੇ ਬਾਅਦ ਜਿਹੜਾ ਆ ਉੱਥੇ ਇੱਕ ਪਾਵਰ ਹਾਊਸ ਬਣਵਾਇਆ ਤਾਂ ਕਿ ਬਿਜਲੀ ਜਿਹੜੀ ਹੈ ਉਹਦੇ ਗ੍ਰਾਂਏ ਹੁੰਦੇ ਪੰਚਾਇਤੀ ਹੁੰਦੇ ਅਗਲੇ ਪਿਛਲੇ ਜਿਹੜੇ ਪਿੰਡ ਨੇ ਉੱਥੇ ਜਾ। ਔਰ ਨੋ ਡਾਊਟ ਕਿ ਗੌਰਮੈਂਟ ਨੇ ਉਹਦੇ ਪਰ ਇਨੀਸ਼ੀਏਟਿਵ ਵੀ ਲਿੱਤਾ ਔਰ ਪਾਵਰ ਹਾਊਸ ਵੀ ਬਣਾਈ ਹੈ, ਸੈਟਅਪ ਕਰੀ ਦਿੱਤਾ। ਲੇਕਿਨ ਇਹ ਸਟੋਰੀ ਇਹ ਹੈ ਕਿ ਸਰਕਾਰੀ ਪੈਸਾ ਕਿੰਨਾ ਬਰਬਾਦ ਹੁੰਦਾ ਔਰ ਲੋਕਾਂ ਆਪਣੇ ਹੱਥੇ ਜਿਹੜੀ ਜਗ੍ਹਾ ਦਿੱਤੀ ਦੀ ਹੈ ਉਸੀ ਕਿੰਨਾ ਜਿਹੜੇ ਡਿਸਰਿਸਪੈਕਟ ਹੁੰਦੀ ਹੈ ਉਹ ਇਸ ਪੂਰੀ ਸਟੋਰੀ ਵਿੱਚ ਤੁਸੀਂ ਮਿਲੇਗਾ। ਮੈਂ ਜ਼ਰੂਰ ਚਾਹਾਂਗੀ ਤੁਸੀਂ ਵੀ ਆਪਣੀ ਵੈਲਿਊ ਰਾਏ ਕਮੈਂਟ ਸੈਕਸ਼ਨ 'ਚ ਰੱਖਿਓ, ਇਸ ਵੀਡੀਓ ਜ਼ਿਆਦਾ ਤੋਂ ਲਾਈਕ ਅਤੇ ਸ਼ੇਅਰ ਕਰਿਓ। ਇਹ ਗੱਲਬਾਤ ਹੈ ਵਡੋਰ ਪੰਚਾਇਤ ਦੀ ਔਰ ਮੈਂ ਇਸ ਲਈ ਜਿਹੜਾ ਪਾਵਰ ਸਟੇਸ਼ਨ ਹੈ ਉੱਥੇ ਹਾਂ ਤੋਂ ਦੇਖ ਸਕਦੇ ਹੋ ਕਿ 1010 ਮੈਗਾਵਾਟ 33/11 KV ਰਿਸੀਵਿੰਗ ਸਟੇਸ਼ਨ ਪਾਟਾ ਬੋਰੀ ਜੰਮੂ ਪਾਵਰ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਿਟਡ ਜੰਮੂ, ਇਹ ਜਿਹੜਾ ਹੈ ਇੱਥੇ ਬਣੇ ਦਾ ਔਰ ਇਹਦੇ ਥੱਲੇ ਇਹ ਦਫ਼ਤਰ ਹੈ ਔਰ ਇਸ ਦਫ਼ਤਰ ਤੋਂ ਦੇਖ ਸਕਦੇ ਤਾਲਾ ਲੱਗਿਆ। ਮੈਂ ਜ਼ਰੂਰ ਆਖਾਂ ਅਰਜੁਨ ਨੂੰ ਥੋੜ੍ਹਾ ਜਿਹਾ ਜ਼ੂਮ ਕਰਿਓ ਔਰ ਇਹ ਤਾਲਾ ਜਿਹੜਾ ਅੱਜ ਦਾ ਨਹੀਂ ਲੱਗਿਆ ਹੈ, ਇਹ ਤਾਲਾ ਲਗਭਗ ਪਿਛਲੇ 3 ਸਾਲਾਂ ਦਾ ਲੱਗੇ ਦਾ। ਥੋੜ੍ਹਾ ਹੋਰ ਅੱਗੇ ਆਉਣ ਦੀ ਕੋਸ਼ਿਸ਼ ਕਰੀਏ। ਅੰਦਰ ਸਾਨੂੰ ਲੱਭਾ ਹੈ ਫੀਡਰ ਸਟੇਸ਼ਨ ਵੀ ਲੱਭਾ ਦੇਣ, ਸਾਰੇ ਇੱਥੇ ਡਿਵੈਲਪ ਨੇ। ਲੇਕਿਨ ਮੈਂ ਗ੍ਰਾਂ ਦੇ ਕਹਿੰਦੇ ਗੱਲਬਾਤ ਕਰਾਂ ਤਾਂ ਉਹ ਆਖਾਂ ਦੇ ਕਿ ਪਿਛਲੇ 3 ਸਾਲਾਂ ਦਾ ਜਿਹੜਾ ਆ ਇਹ ਕਿਸੇ ਪ੍ਰਕਾਰ ਦੀ ਕੋਈ ਵੀ ਬਿਜਲੀ ਨਹੀਂ ਦਿਆ ਵਾ ਔਰ ਇਹਦੇ ਕੰਨੇ ਕਈ ਵਾਰੀ ਹਾਦਸੇ ਵੀ ਹੋਈ ਹੈ ਔਰ ਇਹਦੇ ਤਾਂ ਗੁਹਾਰੇ ਨੇ ਗ੍ਰਾਂ ਪਿੰਡਾਂ ਦੇ ਜਿਹੜੇ ਪੰਚ ਸਰਪੰਚ ਨੇ ਉਹਨੇ ਜਿਹੜੇ ਐਡਮਿਨਿਸਟ੍ਰੇਸ਼ਨ ਕਰਨਾ ਔਰ ਮੰਤਰੀ ਸੰਤਰੀ ਕਰਨੇ ਵੀ ਕੀਤੇ। ਇਹ ਜਿਹੜੇ ਬੂਟੇ ਦਿਖਾ ਦਿਓ, ਇਹ ਬੂਟੇ ਲੱਗੇ ਹੈ ਉਦੋਂ, ਲੇਕਿਨ ਉਹ ਨਿੱਕੇ ਨਿੱਕੇ ਉਸਲੇ ਲੱਗੇ ਹੋਣੇ ਨੇ, ਅੱਜ ਦਰਖਤ ਬਣੀ ਗਏ ਦਿਨ। ਲੇਕਿਨ ਸਭ ਕੁਛ ਹੋਣੇ ਦੇ ਬਾਵਜੂਦ ਵੀ ਬਿਜਲੀ ਨਹੀਂ ਆ ਰਹੀ ਹੈ, ਕੀ ਕਿਸ ਵਜ੍ਹਾ ਕੱਲ੍ਹ ਨਹੀਂ ਆ ਰਹੀ ਆ ਉਹ ਸੁਣ ਚ ਗੱਲ ਹੈਗੀ। ਖਜੂਰੀਆ ਸਾਹਿਬ, ਮੈਂ ਕਿਹਾ ਤੁਸੀਂ 2 ਤਰੀਕ ਮਰਤਬਾ ਆਏ ਹੋਗੇ ਉੱਥੇ। ਇਸ ਮਸਲੇ ਲਈ ਮੈਂ ਕੁੰਡਲ ਸਾਹਿਬ ਵੀ ਮਿਲਿਆ, ਇੰਦੂਲਾ ਜਿਹੜੇ ਪਹਿਲਾਂ ਹੈ ਨਾ ਐਮ ਡੀ ਬਾਹਰ ਦੇ ਬਾਗੜੀ ਆ ਕੋਈ, ਉਸੇ ਵੀ ਮਿਲਿਆ ਔਰ ਉਹਨਾਂ ਸਾਨੂੰ ਇਸ ਮਸਲੇ ਲਈ ਇੰਨਾ ਹਰਾਸਮੈਂਟ ਕੀਤਾ ਬੇਅੰਤਿਹਾ। ਮਤਲਬ ਸਾਡੇ ਇਲਾਕੇ ਦੀ ਗ੍ਰਾਂ ਦੀ ਉਹਨੇ ਬਿਜਲੀ ਕੱਟੀ ਉੜੀ ਇਸ ਸਟੇਸ਼ਨ ਕੀ ਚਲਾਉਣ ਲਈ। ਉਹ ਆਖਲਾ ਜੀ ਆ ਵੀ ਖੰਭੇ ਲਵਾਓ ਅਤੇ ਵੱਡਾ ਪੈਰ ਗਿਆ ਤੁਹਾਨੂੰ ਜਿਹੜਾ ਟਰਾਂਸਫਾਰਮਰ ਚਲਾਏ ਦੇ ਖੰਭੇ ਲੱਗੇ ਦੇ ਮੈਂ ਦੇਖਾਂ। ਇਹ ਖੰਭੇ ਲਵਾਏ ਜੀ ਲੋਕਾਂ ਨੇ ਜ਼ਮੀਨਾਂ ਵਿੱਚੋਂ ਕਲੋਨੀ 'ਚੋਂ ਕੱਟੀ ਆ ਔਰ ਉਹ ਲੋਕ ਸਾਡੇ ਨਾਲ ਨਾਰਾਜ਼ ਹੋ ਚੁੱਕੇ ਦੇ ਨੇ ਭਾਈ ਦੇਖੋ ਜੀ ਨੇ ਤਾਂ ਖੰਭੇ ਲਵਾਏ ਖੰਭੇ ਲੱਗੇ ਦੇ ਹਨ ਫਿਰ ਬਿਜਲੀ ਤਾਂ ਦਿੱਤੀ ਬਿਜਲੀ ਦਿੱਤੀ ਨਹੀਂ ਜੀ ਬਿਲਕੁਲ। ਮੈਂ ਕਿਹਾ ਚੱਲਿਆ ਨਹੀਂ ਬਿਜਲੀ ਨਾਲ ਅੰਦਰ ਤਾਂ ਕਰਿਆ ਆਇਆ ਬਾਹਰ ਨਹੀਂ। ਔਰ ਇਹਦੇ ਮਸਲੇ ਵਿੱਚ ਚੀਫ਼ ਸਾਹਿਬ ਵੀ ਮਿਲਿਆ 2-4 ਵਾਰੀ ਆਸ਼ਵਾਸ਼ਨ, ਫਿਰ ਉਹਦਾ ਬਾਅਦ ਐਕਸੀ ਸਾਹਿਬ ਵੀ ਮਿਲਿਆ ਕੁਛ 4 ਮਰਤਬਾ। ਐਕਸੀ ਸਾਹਿਬ ਆਖਦੇ ਭਾਈ ਇਹ ਮੈਂ ਕੰਮ ਨਾ ਇਹ ਪਲਾਨ 'ਚ ਰੱਖੇਦਾ। ਯਾਰ ਜੇ ਪਲਾਨ 'ਚ ਰੱਖੇਦਾ ਫਿਰ ਪਹਿਲਾਂ ਕਿੰਨੀ ਲੱਗੀ ਹੈ ਇਹਦਾ ਲੈਵਨ ਕੇ ਜੀ ਦੇ ਅੰਦਰ ਟੰਗੇ ਦਾ, ਇਹਦੀ ਸਾੜੀ 'ਤੇ ਗਲਤੀ ਨਹੀਂ ਨਾ। ਨਹੀਂ ਕੀ ਵਜ੍ਹਾ ਲੱਗਦੀ ਤੁਸੀਂ ਕਿ ਬਿਜਲੀ ਆਉਂਦੀ ਹੈ ਲੇਕਿਨ ਬਾਹਰ ਲੋਕੀ ਮਿਲਾਉਂਦੀ ਨਹੀਂ ਹੈ, ਕੀ ਵਜ੍ਹਾ ਲੱਗਦੀ? ਹੁਣ ਫਿਰ ਤੁਸੀਂ ਹੁਣ ਤੁਸੀਂ ਆਪੇ ਸਿਆਣੇ ਹੋ, ਹੁਣ ਤੁਸੀਂ ਦੇਖ ਸਕਦੇ ਕੀ ਹਾਲਾਤ ਬਣਾ ਦੀ ਜੀ। ਫਿਰ ਸਾਨੂੰ ਫਿਰ ਇਹ ਦਿਆਰੇ ਯੂਟੀ ਦਾ ਫਾਇਦਾ ਦਿਆ ਦੇਣਾ ਜੀ, ਵੀ ਤੁਸੀਂ ਉੱਧਰ ਵੀ ਆਖਿਆ ਯੂਟੀ ਦੇ ਫਾਇਦੇ ਬੜੇ ਦਿਆਰੇ ਜੰਮੂਗੀ ਯੂਟੀ, ਇਹ ਕੋਈ ਕਸਰ ਨਹੀਂ ਛੱਡਾ ਦਿਆ ਨੇ।
ਯੂਟੀਆ ਸਾਨੂੰ ਬੜਾ ਬੈਨੀਫਿਟ ਹੈ, ਸ਼ਰਾਬ ਜਿੱਥੋਂ ਮਰਜ਼ੀ ਲੈ ਲਓ, ਕੋਈ ਦਿੱਕਤ ਨਹੀਂ, ਚਿੱਟਾ ਚੁੱਟਾ ਜਿੱਥੋਂ ਮਰਜ਼ੀ ਲੈ ਲਓ, ਇਸ ਜਿਹੜੇ ਕੰਮ ਹੈ ਯੂਟੀ ਫੇਲ ਹੈ ਜੀ। ਸਮਾਰਟ ਮੀਟਰ ਲੱਗੇ, ਸ਼ੈਲ ਬਿੱਲ ਲਾ ਦੇ, ਬਿਜਲੀ ਵੀ 24 ਘੰਟੇ ਮੀਟਰ ਲਾ ਦੇ, ਪਰ ਬਿਜਲੀ ਨਹੀਂ ਆਉਂਦੀ। ਤੋ ਸਾਡੀ ਹਾਲਤ ਦੇਖ ਲਾਉਣਾ ਜੀ, ਗਰਾਂ ਲੋਕ ਨਾ ਰਿਸ਼ਤੇਦਾਰਾਂ ਨਾਲ ਚਲੀ ਜਾ ਦੇਣ, ਅਤੇ ਲੋਕ ਸਾਰੇ ਨਾਲ ਲੜਾ ਦੇ ਆਈਏ ਪਏ, ਤੁਸੀਂ ਜ਼ਮੀਨ ਵੀ ਦੇਈ ਉੜੀ, 3 ਲੱਖ ਰੁਪਇਆ ਮਰਲਾ ਜ਼ਮੀਨ ਹੈ ਇੱਥੇ, ਇਹ 3 ਕਨਾਲ ਜ਼ਮੀਨ ਹੈ, ਅਤੇ 3 ਵੀ ਦੇ ਲਓ ਜਰਬ ਕਿੰਨੇ, 60 ਮਰਲੇ ਬਣੀ, ਅਤੇ 6 ਤੋਂ 18 1,80,00,000 ਦੀ ਖਾਲੀ ਜ਼ਮੀਨ ਦੇਈ ਉੜੀ ਹੈ, ਅਤੇ ਬਿਜਲੀ ਹੈ ਨਹੀਂ ਚਲਾ ਦੀ ਜੀ। ਜ਼ਮੀਨ ਆਪਣੇ ਕੋਲ ਦਿੱਤੀ ਜਾਂ ਪੈਸੇ? ਨਹੀਂ ਜੀ, ਮੁਫਤ, ਕੋਈ ਪੈਸਾ ਨਹੀਂ ਲਿਆ, ਗਰਾਂ ਲੈ ਦਿੱਤੀ। ਔਰ ਇੱਥੋਂ ਇਹ ਜਿੰਨਾ ਬਣਿਆ ਨਾ ਸਟਰਕਚਰ ਜੀ, ਪਾਣੀ ਸਟੋਰ ਸਾਰਾ ਅਸੀਂ ਮੁਹੱਈਆ ਕਰਾਇਆ, ਇਹ ਲੋਕਲ ਲੱਕ ਪਾਈਆ, ਇਹਨੇ ਰਸਤਾ ਇੱਥੇ ਪਜਾਈਏ ਦਿੱਤਾ, ਤਦ ਵੀ ਇਗੜੀ ਹਾਲਾਤ ਆ ਜੀ। ਗਰਾਂ ਸਾਨੂੰ ਲੋਕ ਸਾਹ ਨਹੀਂ ਕੱਢਣ ਦੇ ਆਦੇ ਹਨ, ਇਹਲੇ ਲੋਕ ਇਹ ਤੁਸੀਂ ਐਸੇ ਬੁਲਾਇਆ ਬੜਾ ਚੋਰੀ, ਜਿਹੜੇ ਲੋਕਾਂ ਪਤਾ ਲੱਗਦਾ ਲੋਕਾਂ ਇੱਥੇ ਆਈ ਜਾਣਾ, ਭਾਈ ਇਹ ਦੱਸੋ, ਲੋਕ ਆਖਿਆ ਇਸੇ ਪਟਾਓ ਤਬੂਤਾ ਜੀ ਹੈਗੀ, ਇਹ ਕਹਿਦੇ ਲਈ ਲਾਇਦਾ ਤਬੂਤ ਜਿਹਾ ਇੱਥੇ, ਜਿਹਨੇ ਬਿਜਲੀ ਨਹੀਂ ਦੇਣੀ 3 ਸਾਲੇ, ਬਿਜਲੀ ਨਹੀਂ ਦਿੱਤੀ ਅਤੇ ਕਹਿਦੇ ਲਈ ਲਾਈ ਉੜੇਦਾ ਏ, ਅਤੇ ਫਿਰ ਉਹ ਸਾਨੂੰ ਆਖੇ ਜਾਂ ਭਾਈ ਤੁੰਦੀ ਕੋਈ ਆਰਾਮ ਜ਼ਿਆਦਾ ਹੋਣੀ ਹੈ, ਪਰ ਜਿਹੜੀ ਨਹੀਂ ਚੱਲਾ ਦੀ, ਬੂਹਾ ਖੜਕਾ ਉੜਿਆ ਜਾਂਦਾ ਹੈ ਜੀ, ਪਰ ਸਾੜੀ ਨਹੀਂ ਕੋਈ ਸੁਣਾ ਦਾ। ਮੰਤਰੀ ਸੰਤਰੀ ਨਹੀਂ ਮਿਲੇ? ਮੰਤਰੀ ਮਿਲੇ, ਮੰਤਰੀ ਸਾਰੇ ਆਖਿਆ ਜੀ, ਅਤੇ ਕੌਣ ਸੁਣਾ ਵਾ, ਮੰਤਰੀ ਸੰਤਰੀ ਕੋਈ ਨਹੀਂ ਸੁਣਾ, ਅਤੇ ਇੱਥੇ ਆਮ ਦੇ ਨਾਲੇ ਪਬਲਿਕ ਦੀ ਸਾਰੇ ਸੁਣਾ, ਕੋਈ ਮੰਤਰੀ ਸੰਤਰੀ ਅੱਗੇ ਖੁੱਡਾ ਲੈਣ ਲੱਗੇ ਨੇ ਵਿਚਾਰੇ, ਅਤੇ ਕੌਣ ਹੈ ਤਾਂ ਉਹਦੀ ਸੁਣਾ। ਅਸ ਆਖਣੇ ਸਾਡਾ ਕਸੂਰ ਕੀ ਹੈ, ਸਾਡਾ ਕੋਈ ਫਾਲਟ ਦੱਸੀ ਨਾ, ਫਿਰ ਤੂੰ ਤਾਂ ਬਈ ਇਹ ਕਸੂਰ ਹੈ, ਮੀਟਰ ਟਰੱਕੇ ਟਰੱਕ ਛੋੜੀ ਜਾਂਦੇ ਗਰਾਂ ਆਈ ਹੈ, ਇਹ ਸਮਾਰਟ ਮੀਟਰ ਲਾ ਲਓ ਜੀ, ਸਮਾਰਟ ਮੀਟਰ ਲਾ ਲਓ, ਪਹਿਲਾਂ ਬਿਜਲੀ ਦੇ ਦਿਓ ਫਿਰ ਮੀਟਰ ਲਾਓ, ਅਤੇ ਸਾਡਾ ਤਾਂ ਕੋਈ ਕਸੂਰ ਨਹੀਂ ਨਾ ਜੀ, ਇਹਦੇ ਗਏ ਇੰਜੀਨੀਅਰ ਲਾਣੇ ਵਾਲੇ, ਉਹਨੇ ਨਾ ਪਤਾ ਵੀ ਇਹ ਲੈਨ 6.6 ਹੈ, ਅਤੇ ਇਹ ਲਿਆਉਣਗੇ ਜੀ ਕਦਾਂ ਟੰਗੀ ਟਕਾਇਆ ਇੱਥੇ, ਇਹਨੇ ਥੱਲੇ ਵੀ ਤਾਂ ਇੱਕ ਬਣਾਇਆ ਤਾ ਚੱਕ ਲਾਲ ਦੀਨ, ਅਤੇ ਇਹਨੇ ਪਤਾ ਭਾਈ ਜੇਕਰ ਉੱਥੇ 6.6 ਹੈ ਤਾਂ ਇੱਥੇ ਲਿਆਉਣਗੇ ਜੀ ਕਿੰਨੀ ਆਈ ਜਾਣੀ, ਅਤੇ ਗਲਤੀ ਹੁੰਦੀ ਅਤੇ ਮਾਰੇ ਤਰਗੜਿਆ ਜ਼ਿਆਦਾ ਸਾਨੂੰ ਵੀ। ਔਰ ਮੈਂ ਸਰਦਾਰ ਕਿੰਨੇ ਮਤਲਬ ਕਿ ਇੱਥੇ ਜਿਹੜਾ ਰਿਹਾਇਸ਼ ਹੈ ਜਿਹੜੀ ਪ੍ਰੋਬਲਮ ਆ ਰਹੀ ਹੈ, ਹਲ ਤੋਂ ਆਖਿਆ 1.5 ਕਰੋੜ ਦੀ ਜਿਹੜੀ ਜਗ੍ਹਾ, ਮੈਨੂੰ ਲੱਗਦਾ 10-12 ਕਰੋੜ ਦਾ ਪੂਰਾ ਪ੍ਰੋਜੈਕਟ ਹੋਣਾ, ਸਰਕਾਰੀ ਪੈਸਾ ਬਰਬਾਦ ਹੋਇਆ ਤਾਂ ਕਿੰਨੀ ਰਿਹਾਇਸ਼ ਹੈ? ਰਿਹਾਇਸ਼ ਕੋਈ ਥੱਲਾ ਕੋਈ ਕੋਈ 8-9 ਗਰਾਂ ਹੈ ਜੀ, ਬਿਜਲੀ ਜਾਣੀ ਤੋਂ, ਜਿਹੜੀ ਬਿਜਲੀ ਆਵੇ, ਅਤੇ ਜਿਹੜੀ ਸਾਨੂੰ ਬਿਜਲੀ ਆਵਦੀ ਨਾ ਇਹ ਤੋਂ 7 ਕਿਲੋਮੀਟਰ ਦੂਰ ਹੈ, ਵਾਹ ਗਾਂਧੀਨਗਰੋਂ ਦੀ ਚੁੱਲ੍ਹਾ ਦੀ, ਅਤੇ ਬਿਜਲੀ ਥੱਲਾ ਬੰਦ ਹੁੰਦੀ ਕਰੀ ਉੜੀ ਦੀ ਨੇ, ਅਤੇ ਤੁਸੀਂ ਲਾ ਲਓ ਸਾਹਿਬ ਇਹ ਕੀ ਹਾਲ ਹਾਲ ਹੈ, ਕਹਿੰਦੇ ਗਰਾਂ ਦਾ ਚੰਦ ਜੀ ਤਾਰੇ ਤੂਰੇ ਦੀ ਹਾਲਤ ਹੁੰਦੀ, ਅਤੇ ਉਹ ਦੇਖਿਓ ਚਲੀ ਵੀ ਕੀ ਹਾਲਤ, ਲੋਕਾਂ ਦੇ ਛੱਤਾਂ ਵਰੇ ਤਾਰ ਜਾਏ, ਸਾਰਾ ਪਿਛਲੇ ਦਿਨ ਇਹ ਕੀਤਾ ਮਾਰੇ ਹਾਦਸਾ ਹੋਈ ਆ, ਇੱਕ ਬੱਚਾ ਇੰਨਾ ਰਾ ਉਹਦੀਆਂ ਦੋਵੇਂ ਬਾਹਾਂ ਕੱਟੀਆਂ ਗਈਆਂ, ਛੱਤਾਂ ਵਰੇ ਤਾਰ ਜਾ ਦੀ, ਇਹ ਲੰਬੜਦਾਰ ਸਾਹਿਬ ਨੇ ਗਰਾਂ ਦੇ, ਅਤੇ ਇਹਨੇ ਹੀ ਪੁੱਛ ਲਓ, ਛੱਤ ਦੇ ਉੱਪਰ ਤਾਰ ਜਾ ਰਹੀ, ਜਿਹੜਾ ਗੁੱਡੀ ਚਾੜਾ ਵਾ ਜੀ, ਅਤੇ ਇਹ ਛੱਤਾਂ ਨਾਲ ਤਾਰਾਂ ਕਹਿੰਦਾ ਛੋਤਾ, ਇਹ ਦੋਵੇਂ ਬਾਹਾਂ ਬੜੋਈਆਂ ਉੱਪਰ ਥੱਲੇ ਡਿੱਗੀ ਵੀ ਆ ਜੀ, ਇਹ ਦੋਵੇਂ ਬਾਹਾਂ ਬੜੋਈ ਗਈਆਂ ਉਹਦੀਆਂ ਵਿਚਾਰੇ ਦੀਆਂ, ਅਤੇ ਇਹਦਾ ਆਪਣਾ ਕਿਰਾਇਆ ਜਿਹੜਾ ਹੈ ਉਹ ਜਾਰੀ ਹੈ, ਕਨੈਕਸ਼ਨ ਕਢਾਓ, ਲਿਆਓ ਕਨੈਕਸ਼ਨ, ਕਨੈਕਸ਼ਨ ਲਾਓ, ਬਿਜਲੀ ਕਿੱਥੇ, ਪਹਿਲਾਂ ਬਿਜਲੀ ਦੇ ਦਿਓ, ਇਹ ਤੁਸੀਂ ਦੇਖ ਲਓ ਜੀ, ਅਗਰ ਇਹ ਸਰਕਾਰ ਨੇ 1-2 ਦਿਨ ਦੇ ਅੰਦਰ ਅੰਦਰ ਇਸ ਨਿਨਾਗਰ ਜਨਾਬ ਚਾਲੂ ਹਾਲਤ ਹੀ ਕੀਤਾ, ਇਹ ਐਂ ਪੁੱਟੀਆਂ ਸੁੱਟੀ ਹੋਣਾ ਜੀ, ਇਹ ਕਲੀਅਰ ਕਹਾਣੀ ਹੈ, ਬਿਲਕੁਲ ਸਰਕਾਰੀ ਪੈਸਾ ਖਰਾਬ ਹੋ ਜਾਣਾ ਨਹੀਂ ਜਨਾਬ, ਫਿਰ ਹੁੰਦੇ ਰਹੋ, ਫਿਰ ਦੇਖੋ ਅਸੀਂ ਵੀ ਤਾਂ ਖਰਾਬ ਹੋ ਆਦੇ ਨਾ, ਕੋਈ ਸਾਡਾ ਤਾਂ ਕਸੂਰ ਨਹੀਂ ਨਾ, ਇਹ ਸਰਕਾਰ ਦਾ ਕਸੂਰ ਹੈ, 2-4-5 ਦਿਨ ਉਹ ਤਾਂ 3 ਸਾਲ ਹੋਈ ਹੈ ਜੀ, ਅਤੇ ਸਾਨੂੰ ਲੋਕ ਸਾਹਿਬ ਪੁੱਛਿਆ ਵੀ 3 ਸਾਲ ਹੈ ਯਾਰ, ਦੱਸੋ ਜੇ 3 ਸਾਲ ਦਾ ਜੇ ਇਹ 2 ਕਰੋੜ ਰੁਪਏ ਜਮ੍ਹਾਂ ਕਰਾਉਂਦਾ ਕਿੰਨਾ ਸੂਦ ਆਉਂਦਾ? 3 ਸਾਲ ਦਾ ਚਲਾ ਨਹੀਂ ਹੈ, ਤੂੰ ਤਾਂ ਨਾ ਜਾਣਨਾ ਚਾਹਾਂਗੇ, ਅਤੇ ਸੱਚ ਦਿੱਕਤ ਇੱਥੇ ਆ ਰਹੀ ਹੈ, ਔਰ ਇਕੱਲੀ ਕੋਈ ਰੰਜਿਸ਼ ਤਾਂ ਨਹੀਂ ਹੈ ਸਰਕਾਰੀ ਮਹਿਕਮੇ ਦੀ? ਐਸੀ ਕੋਈ ਰੰਜਿਸ਼ ਨਹੀਂ ਹੈ, ਮੇਰਾ ਨਾਮ ਵਿਜੇ ਕੁਮਾਰ ਹੈ, ਇਹ ਪਿਛਲੇ 3 ਸਾਲ ਦਾ ਇਹਨੇ ਤਿਆਰ ਕਰੀਏ ਛੱਡਿਆ ਦਾ, ਇਹ ਤੁਸੀਂ ਇਹ ਇੱਧਰ ਕੈਮਰਾ ਮਾਰੋ, ਬੂਟੇ ਦੇਖੋ, ਇਹ ਬੂਟੇ ਏਡੇ ਏਡੇ ਵੱਡੇ ਹੋਈ ਜਾਣ, ਜੋ ਲਾ ਉਹ ਛੱਡਿਆ ਹੋਣੇ, ਛੋਟੇ ਛੋਟੇ ਬੂਟੇ ਲਾਏ, ਹਾਲੀ ਤੋੜੀ ਇਹ ਬੰਦ ਪਏ ਦਾ, ਪਹਿਲੇ ਤਾਂ ਕੋਈ ਚੌਕੀਦਾਰ ਰਹਿੰਦਾ, ਹੁਣ ਕੋਈ ਚੌਕੀਦਾਰ ਵੀ ਨਹੀਂ ਰਹਿੰਦਾ, ਅਤੇ ਅੱਗੇ ਇਹਨੇ ਕੋਈ
ਮਤਲਬ ਲਾਈਟ ਇੱਥੇ ਪਜਾਈ ਉੜੀ ਦੀ ਹੈ, ਅੱਗੇ ਇਹਨੇ ਬਾਹਰ ਨਹੀਂ ਕੱਢੀ ਆ, ਉਹ ਕੀ ਚੱਕਰ ਹੈ ਕਿ ਆਖਦੇ ਕਿ ਲਾਈਨ ਸਾਡੀ ਦੂਈ ਹੈ, ਇਹ 6.6 ਦੀ ਹੈ, ਇਹ 11 KV ਦਾ ਟਰਾਂਸਫਾਰਮ ਹੈ ਲਾਈਟ ਦਾ, ਹੁਣ ਇਸੀ ਇਹਨੇ ਸ਼ਿਫਟ ਕਰਨ ਜਾਂ ਜੋ ਵੀ ਕਰਨ, ਸਾਨੂੰ ਲਾਈਟ ਚਾਹੀਦੀ ਹੈ, ਲਾਈਟ ਲਾਉਣ ਜਲਦੀ ਕੋਲ। 3 ਸਾਲਾਂ ਵੱਡੇ ਵੱਡੇ ਕੰਮ ਹੋਏ ਨੇ, ਲੇਕਿਨ ਇੱਥੋਂ ਟਰਾਂਸਫਾਰਮਰ ਸ਼ਿਫਟ ਨਹੀਂ ਹੋਇਆ, ਕਹਿੰਦੇ ਨਹੀਂ ਹੋਇਆ ਵੀ ਇੱਕ ਆਪਣੇ ਆਪ 'ਚ ਸਵਾਲ ਹੈ। ਔਰ ਤੋਂ 10 ਗ੍ਰਾਂਟ ਜਿਹਨੇ ਬਿਜਲੀ ਜਾਣੀ ਹੈ ਲਗਭਗ, ਔਰ 10 ਗ੍ਰਾਂਏ ਬਿਜਲੀ ਜਿਹੜੀ ਹੈ, ਹਾਲਾਂਕਿ ਪੈਸਾ ਵੀ ਲੱਗਿਆ, ਇਨਵੈਸਟਮੈਂਟ ਵੀ ਹੋਈ ਦੀ, ਔਰ ਲੋਕ ਆਖਦੇ ਸਟੇਟ ਲੈਂਡ ਲੋਕ ਕਬਜ਼ੇ ਕੀਤੇ ਦਿੱਤੇ, ਇਹ ਵੀ ਇੱਕ ਕੋਈ ਲੈਂਡ ਹੈ, ਇਹ ਲੋਕਾਂ ਆਪਣੇ ਹੱਥੇ ਜਗ੍ਹਾ ਦਿੱਤੀ ਦੀ, ਔਰ ਜਗ੍ਹਾ ਦੇਣ ਦੇ ਬਾਵਜੂਦ ਪੈਸਾ ਵੀ ਲੱਗਿਆ, ਸਰਕਾਰੀ ਵੀ ਲੱਭਾ ਦਾ ਲੱਗੇ ਦਾ, ਉਹ ਦੂਰ ਤੋਂ ਟਰਾਂਸਫਾਰਮ ਦੇਖ ਸਕਦੇ ਵੀ ਲੱਗੇ ਦੇ, ਲੇਕਿਨ ਜਗ੍ਹਾ ਆਪਣੇ ਹੱਥੇ ਦਿੱਤੀ ਦੀ, ਟਰਾਂਸਫਾਰਮ ਲਵਾਏ ਦੇ, ਪੂਰੀ ਬਿਲਡਿੰਗ ਸੈਟਅਪ ਕਰਾਇਆ ਦਾ, ਪੂਰਾ ਇਨਫਰਾਸਟ੍ਰਕਚਰ ਸੈਟਅਪ ਕਰਾਇਆ ਦਾ, ਲੇਕਿਨ ਬਿਜਲੀ ਫਿਰ ਵੀ ਨਹੀਂ ਆਉਂਦੀ। ਉਹਦੇ ਬਾਅਦ ਜਿਹੜੀਆਂ ਇੱਕ ਵਾਕਿਆ ਸੁਣਾ ਰਹੇ ਕਿ ਆਮ ਨਾਗਰਿਕ ਜਿਹੜਾ ਇਸ ਗ੍ਰਾਂ ਦਾ, ਇਸ ਪੰਚਾਇਤ ਦਾ, ਉਹ ਕੁਦਰ ਕੁਦਰ ਮੈਨੂੰ ਲੱਗਦਾ ਕਿ ਖੌਫ ਦੇ ਸਾਏ 'ਚ ਵੀ ਹੈ, ਕਿਉਂਕਿ ਬਿਜਲੀ ਮਿਲਾ ਹੀ ਨਹੀਂ ਹੈ, ਉਹਦੇ ਛੱਤੇ ਉੱਪਰ ਜਿਹੜੇ ਉਹਦੇ ਕੋਠੇ ਉੱਪਰ ਜਿਹੜੀ ਹੈ ਤਾਰਾਂ ਜਾ ਰਹੀਆਂ, ਔਰ ਦੂਰ ਦਰਾਜ ਦਾ ਜਿਹੜੀ ਬਿਜਲੀ ਆਉਂਦੀ ਹੈ, ਅਤੇ ਕੁਦਰ ਨਾ ਕੁਦਰ ਬਿਜਲੀ ਪ੍ਰੋਬਲਮ ਤਾਂ ਹੈ ਹੀ, ਦਿੱਕਤ ਹੈ ਹੀ ਸਾਰੇ ਜੰਮੂ 'ਚ ਇਸ ਵੇਲੇ ਚਲਾਉਂਦੀ ਹੈ, ਲੇਕਿਨ ਇਹ ਇੱਕ ਲਾਈਵ ਹੈ ਮੇਰੀ, ਇਸ ਲਈ ਗੁਜ਼ਾਰਿਸ਼ ਰੋਗ ਐਲ ਜੀ ਐਡਮਿਨਿਸਟ੍ਰੇਸ਼ਨ ਕਰਨਾ, ਉਹ ਖਾਸ ਕਰ ਬਿਜਲੀ ਵਾਲੇ ਮਹਿਕਮੇ ਕਰਨਾ, ਕਰੀ ਉੜੋ ਕੁਛ, ਇਕੱਲੀ ਇਹ ਕੰਮ ਖਰਾਬ ਕਰਾ ਦਿਓ। ਅਗਰ ਬੱਚੇ ਦੀ ਬਾਹਾਂ ਚਲੀ ਇਹ ਕੌਣ ਜ਼ਿੰਮੇਵਾਰ ਹੈ ਉਹਦਾ, ਔਰ ਅਗਰ ਇਹਨੇ ਬਿਜਲੀ ਨਹੀਂ ਥੁਆ ਦੀ, ਜਗ੍ਹਾ ਦੀ ਹੈ, ਬਿਲਡਿੰਗ ਬਣਾਈ ਹੈ, ਤਾਂ ਕੌਣ ਜ਼ਿੰਮੇਵਾਰ ਹੈ? ਕਿਉਂ ਐਸੀ ਹਰਕਤਾਂ ਕਰਦੇ ਹੋ ਜਿਹੜੇ ਕਰਨਾ? ਮੋਦੀ ਸਾਹਿਬ ਦਾ ਆਖਦੇ ਬੜਾ ਅੱਛਾ ਕੰਮ ਕਰਾਏ, ਤਾਂ ਫਿਰ ਉਹਦੇ ਖਲਕੇ ਜਿਹੜੇ ਡਿਪਾਰਟਮੈਂਟ ਨੂੰ ਕੰਮ ਨਹੀਂ ਕਰਾ ਰਹੇ ਹਨ, ਥੋੜ੍ਹਾ ਜਿਹਾ ਰਿਆਲ ਵੀ ਧਿਆਨ ਦਿਓ। ਆਈ ਹੋਪ ਕਿ ਤੁਸੀਂ ਇਹਦੀ ਆਵਾਜ਼ ਸੁਣੋਚੀ ਹੋਣੀ, ਇਹ ਪਿੱਛੇ ਟਰਾਂਸਫਾਰਮ ਚਲਾ ਦਾ, ਚਾਰਜ ਹੋ ਆਦਾ ਜਾਂ ਨਹੀਂ ਹੋਦਾ ਉਹ ਤਾਂ ਪਤਾ ਨਹੀਂ ਹੈ, ਲੇਕਿਨ ਚਾਲੂ ਹਾਲਤ 'ਚ ਹੈ, ਔਰ ਇਸ ਦੇ ਪਿੱਛੇ ਪੂਰਾ ਸੈਟਅਪ ਹੈ, ਲੇਕਿਨ ਇਸ ਦੇ ਬਾਵਜੂਦ ਵੀ ਜਿਵੇਂ ਮੈਂ ਪਹਿਲਾਂ ਤੁਸੀਂ ਸੁਣਾਇਆ ਕਿ ਜ਼ਮੀਨ ਦਿੱਤੀ, ਇਨਫਰਾਸਟ੍ਰਕਚਰ ਡੈਵਲਪ ਕਰਾਇਆ, 11 ਕਰੋੜ ਦੇ ਕਰੀਬ ਇੱਥੇ ਇਨਵੈਸਟ ਹੋਏ ਦਾ, ਲੇਕਿਨ ਇਹ ਟਰਾਂਸਫਾਰਮ ਇੱਥੋਂ ਇੱਕ ਸ਼ਿਫਟ ਕਰੀਏ ਕੁਦਾ ਔਰ ਲੈਣਾ, ਤਾਂ ਫਿਰ ਬਿਜਲੀ ਆਉਣੀ, ਉਹ ਦੱਸੇ ਬਾਰੇ ਪਿੰਡੇ ਬਿਜਲੀ ਥੋਣੀ, ਅਤੇ ਕੀ ਵਜ੍ਹਾ ਹੈ ਕੱਲ੍ਹ ਨਹੀਂ ਥੁਆ ਦੀ ਹੈ, ਔਰ ਇਹ ਸਰਕਾਰੀ ਪੈਸਾ ਜਿਹੜਾ ਬਰਬਾਦ ਕਰਾ ਦੇ ਲੋਕਾਂ ਦੀ ਜ਼ਮੀਨ ਜਿਹੜੀ ਆਪਣੇ ਹੱਥ ਦਿੱਤੀ, ਇੱਕ ਜਿਹੜਾ ਆ ਆਪਸੀ ਵਿਸ਼ਵਾਸ ਜਿਹੜਾ ਟੁੱਟਾ ਦਾ ਐਡਮਿਨਿਸਟ੍ਰੇਸ਼ਨ ਦਾ ਔਰ ਲੋਕਾਂ ਦਾ, ਕੌਣ ਇਹਦੇ ਤਾਂ ਜ਼ਿੰਮੇਵਾਰ ਹੈ, ਇਹਦੇ ਜਾਂ ਕਿਹੜਾ ਅਧਿਕਾਰੀ ਜ਼ਿੰਮੇਵਾਰ ਹੈ, ਉਹ ਵੀ ਇੱਕ ਵੱਡਾ ਸਵਾਲ ਹੈ, ਔਰ ਜਿਹੜਾ ਕੋਈ ਜ਼ਿੰਮੇਵਾਰ ਹੈ ਉਸੀ ਉਹਦੀ ਸਜ਼ਾ ਲੋ ਹੋਣੀ ਚਾਹੀਦੀ, ਕਿਉਂਕਿ ਆਮ ਜਨਤਾ ਦੀ ਤਾਂ ਕੋਈ ਇਹਦੇ 'ਚ ਕਸੂਰ ਨਹੀਂ ਹੈ, ਕਿਉਂਕਿ ਉਹਨੇ ਆਪਣੀ ਜਗ੍ਹਾ ਵੀ ਦੇ ਜੁੜੀ, ਇੱਥੇ ਪਾਵਰ ਹਾਊਸ ਵੀ ਬਣਾਈ ਉੜਿਆ, ਲੇਕਿਨ ਉਸਦੇ ਬਾਵਜੂਦ ਵੀ ਅਗਰ ਉਹ ਬਗੈਰ ਬਿਜਲੀ ਰੋਣ, ਤਾਂ ਆਪਣੇ ਆਪ 'ਚ ਬੜਾ ਹੀ ਮੈਂ ਆਖਾਂ ਕਿ ਨਿੰਦਣੀ ਗੱਲ ਹੋਊ। ਤੁਸੀਂ ਆਪਣੀ ਵੈਲਿਊ ਰਾਏ ਜ਼ਰੂਰ ਰੱਖਿਓ, ਔਰ ਮੈਨੂੰ ਲੱਗਦਾ ਪਹਿਲੀ ਇਗਜ਼ੈਂਪਲ ਹੋਣੀ ਹੈ ਪੂਰੇ ਵਰਲਡ 'ਚ, ਮੇਰੀ ਜਾਣਕਾਰੀ 'ਚ, ਅਗਰ ਤੁਹਾਡੇ ਕੋਲ ਵੀ ਕੋਈ ਹੋਇਆ ਤਾਂ ਕਮੈਂਟ ਸੈਕਸ਼ਨ 'ਚ ਦੱਸੀ ਦਿਓ, ਜਿੱਥੇ ਪਾਵਰ ਹਾਊਸ ਬਣਿਆ ਆਪਣੇ ਇੱਥੇ ਜਗ੍ਹਾ ਦੀ ਹੈ, ਉਹਦੇ ਬਾਅਦ ਪਾਵਰ ਹਾਊਸ ਚਲਾ ਵੀ ਹੈ, ਲੇਕਿਨ ਬਿਜਲੀ ਨਹੀਂ ਦਿਆ, ਬਿਜਲੀ ਅੰਦਰ ਆਈ ਆ ਰਹੀ ਪਾਵਰ ਹਾਊਸ ਦੇ, ਲੇਕਿਨ ਪਾਵਰ ਹਾਊਸ ਦੇ ਬਾਹਰ ਨਹੀਂ ਜਾ ਰਹੀ, ਉਹ ਪਹਿਲਾ ਇੱਕ ਐਸੀ ਇਗਜ਼ੈਂਪਲ ਜਿਹੜੀ ਹੈ ਇਸ ਲਈ ਸੈੱਟ ਹੋਈ ਇੱਥੇ ਲੱਭਾ ਦੀ ਹੈ ਬਡੋਰ ਪੰਚਾਇਤ 'ਚ, ਔਰ ਮੈਨੂੰ ਲੱਗਦਾ ਕਿ ਬਡੋਰ ਪੰਚਾਇਤ ਵਾਲੇ ਹੀ ਹੁਣ ਇਹਦੇ ਹੁਣ ਕੋਈ ਗੱਲਬਾਤ ਵੀ ਕਰਨੀ ਚਾਹੀਦੀ, ਭਾਈ ਇਹ ਜਿਹੜੀ ਪਹਿਲੀ ਪੰਚਾਇਤ ਹੈ, ਕੋਈ ਅਵਾਰਡ ਸ਼ਵਾਰਡ ਵੀ ਦੇ ਜੋੜੋ ਇਹਨੇ ਬਿਜਲੀ ਮਹਿਕਮੇ ਵਾਲੇ, ਇਹ ਨਹੀਂ ਪਹਿਲੀ ਪੰਚਾਇਤ ਬਣਾਉਣੇ ਤਾਂ ਜਿੱਥੇ ਬਿਜਲੀ ਆ ਰਹੀ ਹੈ ਲੇਕਿਨ ਜਾ ਰਹੀ ਹੈ ਨਹੀਂ ਹੈ ਉਹ ਬਾਕੀ ਲੋਕਾਂ ਦੇ ਘਰਾਂ 'ਚ। ਬਹਰਹਾਲ ਤੁਹਾਡੇ ਇਲਾਕੇ ਵੀ ਅਗਰ ਬਿਜਲੀ ਦੀ ਪ੍ਰੋਬਲਮ ਹੈ, ਸਮਾਰਟ ਮੀਟਰ ਲੱਗਾ ਦੇਣ, ਬਿੱਲ ਜ਼ਿਆਦਾ ਆ ਦੇਣ, ਲੇਕਿਨ ਇਹ ਨਹੀਂ ਗਰਾਊਂਡ ਰਿਐਲਿਟੀ, ਗਰਾਊਂਡ ਰਿਪੋਰਟ ਜਿੱਥੇ ਕਿ ਸਭ ਕੁਛ ਹੋਣ ਦੇ ਬਾਵਜੂਦ ਵੀ ਬਿਜਲੀ ਨਹੀਂ ਆ ਰਹੀ ਹੈ, ਕੌਣ ਜ਼ਿੰਮੇਵਾਰ ਹੈ? ਔਰ ਜਿਹੜਾ ਕੋਈ ਵੀ ਅਧਿਕਾਰੀ ਜ਼ਿੰਮੇਵਾਰ ਹੈ, ਮੰਤਰੀ ਜ਼ਿੰਮੇਵਾਰ ਹੈ, ਉਸੀ ਉਹਦੀ ਸਜ਼ਾ ਹੋਣੀ ਚਾਹੀਦੀ ਜਾਂ ਨਹੀਂ ਹੋਣੀ ਚਾਹੀਦੀ, ਆਪਣੀ ਵੈਲਿਊ ਰਾਏ ਕਮੈਂਟ ਸੈਕਸ਼ਨ 'ਚ ਜ਼ਰੂਰ ਰੱਖਿਓ। ਦੇਖਦੇ ਰਹੋ ਗ੍ਰੇਟਰ ਜੰਮੂ, ਅਤੇ ਮੈਂ ਪੰਕਜ ਖਜੂਰੀਆ, ਜੈ ਹਿੰਦ।